ਤਾਰ ਮਾਰਦੇ ਬੰਦਿਆਂ ਸੁਣਾਉਣ ਲਈ ਜਲਦੀ ਆ ਗਿਆ। ਟਾਈਮ ਮੇਰੇ ਕੋਲ ਵੀ ਨਹੀਂ ਸੀ, ਟਾਈਮ ਮੇਰੇ ਕੋਲ ਨਹੀਂ ਸੀ, ਜਸਮੀਤ ਕਹਿੰਦਾ ਆ ਜਾ ਜਲਦੀ,
ਸਰਬ ਸੰਗਤ ਇੱਕੋ ਵਾਰੀ ਗੱਜ ਗਈ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੇਲੇ ਥੋੜਾ ਜਿਹਾ ਆਵਾਜ਼ ਨੀ ਘੱਟ ਕਰ ਦਿੰਦੇ ਸਪੀਕਰ, ਏਦਾਂ ਹੋ ਗਿਆ ਗੁਰੂ ਦੇ ਦਰਬਾਰ ਵਿੱਚ ਆਵੋ ਤੇ ਫਤਿਹ ਢਿੱਲੀ ਨੂੰ ਜਾਵੋ, ਇੱਕ ਤੇ ਖਾਲਸਾ ਤੇ ਫਤਿਹ ਢਿੱਲੀ, ਇਹ ਦੋ ਗੱਲਾਂ ਹੋ ਨਹੀਂ ਸਕਦੀਆਂ। ਜਦੋਂ ਖਾਲਸਾ ਵਾਹਿਗੁਰੂ ਫਿਰ ਵੈਰੀ ਪੱਟਦਾ। ਮੈਂ ਇੱਕੋ ਗੱਲ ਕਰਮਾ ਗੱਜ ਕੇ ਫਤਿਹ ਬੁਲਾਓ, ਇਵੇਂ ਅਸੀਂ ਖਾਲਸੇ ਹੋ ਸਰਕਾਰ ਦੇ, ਹਾਂ ਇਹ ਖਾਲਸੇ ਬੈਠਿਆ ਸਾਰੇ, ਅਸੀਂ ਖਾਲਸੇ ਹੋ ਸਰਕਾਰ ਦੇ ਹਾਂ। ਨੱਚਣਾ ਜਾਣਦੇ ਆ ਸੂਲੀ ਚੜ ਘੋਲੇ ਦੀਆਂ, ਅੱਜ ਹਿੰਦ ਦਾ ਨਾਰਾ ਸਾਡਾ ਨਹੀਂ, ਅਸੀਂ ਤਾਂ ਫਤਿਹ ਬੁਲਾਉਂਦੇ ਆ। ਕੱਚ ਕਰ ਦਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖਾਂ ਗੱਲ ਛੋਟੀ ਆ, ਕਰੋੜਾਂ ਗੱਲ ਛੋਟੀ ਆ, ਆਪਾਂ ਦੀ ਗਿਣਤੀ ਹੋ ਜੇ ਗੱਲ ਛੋਟੀ ਆ, ਓਏ ਸਾਰੀ ਦੁਨੀਆ ਇੱਕ ਬੰਦੇ ਹੋਵੇ ਕੌਣ ਹੋਰ, ਜਦੋਂ ਆ ਰਾਜਸਥਾਨ ਦੇ ਬਤਾਰੂ ਨਾ ਮੇਲੇ ਵੇਲੇ ਸੰਘਾਰੇ ਹੁੰਦੇ ਆ, ਤੇ ਇੱਕ ਖਾਲਸਾ ਇੱਕ ਸਵਾ ਲੱਖ ਉਹ ਅਰਬਾਂ ਦੀ ਗਿਣਤੀ ਦੇ ਵਿੱਚ ਹੋਵੇ ਸੰਘਾਰ ਸਾਹਿਬ ਗਰੇਵਾਲ ਸਾਹਿਬ, ਤੇ ਉਹ ਵੱਖਰਾ ਪਹਿਚਾਣਿਆ ਜਾਂਦਾ। ਆ ਇਹ ਸਾਰੀ ਟੀਮ ਵੀਰ ਮਨਦੀਪ ਸਿੰਘ ਖੁਰਦ, ਫੈਦ ਜੀ, ਜਸਵੀਰ ਜੀ, ਜਗਰਾਜ ਜੀ, ਜੈਲਦਾਰ ਸਾਹਿਬ, ਗੁਣਾ ਸਾਰੀ ਕਮੇਟੀ ਜਿਹੜੀ ਸਾਰੀ ਇਹ ਜਥੇਬੰਦੀ ਦੀਆਂ, ਮੈਂ ਨਾਮ ਵੀ ਨਾ ਜਾਣਦਾ ਸਾਰੇ ਜੀ, ਸਾਰਿਆਂ ਨੇ ਉੱਦਮ ਉਪਰਾਲਾ ਕੀਤਾ। ਮੈਂ ਇਸ ਸਬੰਧ ਤੇ ਇਹ ਜੱਗ ਤੇ ਦਸਤਾਰ ਦੀ ਜਿਹੜੀ ਸ਼ਾਨ ਵੱਖਰੀ ਹੈ ਨਾ, ਇਹ ਨਜ਼ਾਰਾ ਵੱਖਰਾ ਗਾ। ਉਹ ਦੋ ਸ਼ਬਦ ਤੁਹਾਡੇ ਨਾਲ ਵਨ ਫੇਮਸ ਘਾਟੀ ਮਾਨ ਮੱਤਾ ਧਾਦੀ ਸੁਖਦੇਵ ਸਿੰਘ ਸੋਹਕਾ ਚਰਿਕ ਇੰਟਰਨੈਸ਼ਨਲ ਵਰਲਡ ਮੈਡਲਿਸਟ ਧਾਦੀ ਦੀਵਾਨਾ ਜੀ, ਵਰਲਡ ਫੇਮਸ ਸਰੰਗੀ ਮਾਸਟਰ ਗੁਰਪ੍ਰੀਤ ਸਿੰਘ ਗੋਪੀ ਹਕੂਰ ਦਾਸ ਤੁਹਾਡੇ ਚਰਨਾਂ ਦੀ ਧੂੜ, ਨਾਥ ਸਿੰਘ ਸਰਪੰਚ ਇੰਟਰਨੈਸ਼ਨਲ ਵਰਲਡ ਮੈਡਲਿਸਟ ਧਾਦੀ ਦਾ ਧਾਰਮਿਕ ਦੀ ਵਾਲਾ ਬੇਨਤੀ ਹੈ। ਇਹ ਕਰੋ ਕੋਈ
ਚੱਕ ਪਰਵਾਹ ਦੀ ਕਦੇ ਘਟਾ ਦਿੰਦੇ ਆ ਮੈਂ ਕਿ ਲੈਣਾ ਘਟ ਦਿੱਤਾ ਮੈਂ ਤਾਂ ਬੇਤੀ ਕਿਉਂ ਕਰਿਆ ਹੱਕਾਂ ਨੂੰ ਮੁੱਕ ਕੇ ਮਾਰਿਆ ਇਹਨਾਂ ਤੋਂ ਸੁਲਤਾਨਾਂ ਨੇ ਕਿ ਕੇਸ ਕਤਲ ਕਰਾਉਣ ਵਾਲਿਆਂ ਵਾਸਤੇ
ਇਹ ਪ੍ਰੇਰਨਾ ਸਰੋਤ ਨੇ ਵੀਰ ਜਿਹੜੇ ਦੋਵਾਂ ਹੱਥ ਹੋਣ ਦੇ ਬਾਵਜੂਦ ਅੱਖਾਂ ਹੋਣ ਦੇ ਬਾਵਜੂਦ ਦਸਤਾਰਾ ਨਹੀਂ ਸਜਾਉਂਦੇ ਉਹਨਾਂ ਵਾਸਤੇ ਪ੍ਰੇਰਨਾ ਸਰੋਤ ਨੇ ਵੀਰ ਤੁਹਾਡੇ ਸਾਹਮਣੇ ਦਸਤਾਰ ਸਜਾ ਰਹੇ ਨੇ। ਮੈਂ ਸਟੇਜ ਦੇ ਮਾਨਯੋਗ ਸਿੱਖੀਏ ਤੁਹਾਨੂੰ ਬੇਨਤੀ ਕਰਾਂਗਾ ਕਿ ਉਹ ਸਾਡੇ ਸਤਿਕਾਰਯੋਗ ਢਾਡੀ ਜੱਥੇ ਦਾ ਸਨਮਾਨ ਕਰਨ ਵਾਸਤੇ ਕਿਰਪਾ ਕਰਕੇ ਖੜੇ ਹੋ ਜਾਣ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਤੀਤ ਸਿੰਘ ਜੀ ਚੰਗਾਲ ਸਾਹਿਬ ਮੈਂਬਰ SGPC ਪ੍ਰਧਾਨ SC ਲਿੰਗ ਉਹ ਪਹੁੰਚਿਆ ਨਾਲ ਨਿੱਘਾ ਸਵਾਗਤ ਵੀ ਕਰਦੇ ਹਾਂ। ਸਾਰੇ ਅਡੀਸ਼ਨਾਂ 'ਚ ਵੀ ਇਹਨਾਂ ਹਾਜ਼ਰੀ ਲਵਾਈ ਹੈ ਸੋ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜਦ ਤੱਕ ਸਾਡੇ ਛੋਟੇ ਵੀਰ ਦਸਤਾਰਾਂ ਸਜਾ ਰਹੇ ਆ ਮੈਂ ਬੇਨਤੀ ਕਰਾਂਗਾ ਸਾਡੀ ਟੀਮ ਦੀ ਮਾਣਮੱਤੀ ਸ਼ਖਸੀਅਤ ਸਰਦਾਰ ਗੁਰਜੀਤ ਸਿੰਘ ਜੀ ਚਹਿਲ ਜਿਨ੍ਹਾਂ ਕਿ ਲਹਿਰੇ ਹਲਕੇ ਦੇ ਐਡੀਸ਼ਨ ਵਾਸਤੇ ਵੀ ਬਹੁਤ ਮਿਹਨਤ ਕੀਤੀ ਗਿੜਬਾ ਹਲਕਾ ਦੇ ਐਡੀਸ਼ਨ ਲਈ ਬਹੁਤ ਮਿਹਨਤ ਕੀਤੀ ਅੱਜ ਉਹ ਸਾਡੇ ਇੱਥੇ ਦਰਮਿਆਨ ਸਟੇਜ 'ਤੇ ਪਹੁੰਚੇ ਹੋਏ ਆ ਉਹ ਵੀ 2-4 ਮਿੰਟ ਵਾਸਤੇ ਸੰਗਤਾਂ ਦੇ ਸਨਮੁੱਖ ਆਪਣੀ ਹਾਜ਼ਰੀ ਲਵਾਉਣ। ਸਰਦਾਰ ਗੁਰਜੀਤ ਸਿੰਘ ਜੀ ਚਹਿਲ ਪੱਤਰਕਾਰ ਅਜੀਤ ਅਖਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਰੂਪ ਸਾਹਿਬ ਸੰਗਤ ਜੀ ਰਸਨਾ ਗੁਰੂ ਪਵਿੱਤਰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਦਲੇਰ ਸਿੰਘ ਜੀ ਖੇੜੀ ਸਾਹਿਬ ਵਾਲੇ ਵੱਲੋਂ ਬਹੁਤ ਹੀ ਵੱਡਾ ਪੁਰਾਣਾ ਵਿਰਸਾ ਸਵਾਸ ਸਰਦਾਰੀ ਲਹਿਰ ਸਰਬੱਤ ਦਾ ਭੁਲਾ ਚੈਰੀਟੇਬਲ ਟਰੱਸਟ ਖੇੜੀ ਸਾਹਿਬ ਅਤੇ ਸਰਦਾਰੀ ਟਰੱਸਟ ਪੰਜਾਬ ਦੇ ਨਾਲ ਮਿਲ ਕੇ ਦਸਤਾਰ ਨੂੰ ਪ੍ਰਫੁੱਲਿਤ ਕਰਦੇ ਗਏ ਔਰ ਇੱਕ ਜੋ ਸੁਪਨਾ ਸੀ ਪੰਜਾਬ ਦਾ ਵੀ ਹਰ ਇੱਕ ਸਿਰ ਦੇ ਉੱਪਰ ਦਸਤਾਰ ਸਜੀ ਹੋਵੇ ਉਸ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਮਿਲ ਕੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਾਸ ਨੂੰ ਵੀ 2 ਐਡੀਸ਼ਨਾਂ ਦੇ ਵਿੱਚ ਹਲਕਾ ਸਮਾਨ ਅਤੇ ਹਲਕਾ ਗੜਬਾ ਦੇ ਵਿੱਚ ਇਹਨਾਂ ਜਥੇਬੰਦੀਆਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਮੈਂ ਬਹੁਤ ਹੀ ਧੰਨਵਾਦੀ ਹਾਂ ਸਾਰੇ ਸੱਜਣਾਂ ਦਾ ਜਿਨ੍ਹਾਂ ਨੇ ਦਾਸ ਨੂੰ ਬਹੁਤ ਵਧੀਆ ਇੱਕ ਪਲੇਟਫਾਰਮ ਦਿੱਤਾ ਸਮਾਜ ਸੇਵਾ ਕਰਨ ਦੇ ਲਈ। ਇਸ ਦੇ ਲਈ ਮੈਂ ਸਭ ਤੋਂ ਵੱਧ ਧੰਨਵਾਦੀ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਜਿਨ੍ਹਾਂ ਦੀ ਸ਼ਾਦਰ ਸਾਇਆ ਦੇ ਇੱਕ ਸਾਨੂੰ ਇਹ ਪ੍ਰਯੋਗ ਕਰਨ ਦਾ ਮੌਕਾ ਮਿਲਿਆ। 20 ਸਦੀ ਦੇ ਮਹਾਨ ਤਪਸਵੀ ਰਾਜ ਯੋਗੀ ਸ੍ਰੀ ਮਾਨ ਸਾਧ ਬਾਬਾ ਅਗਰ ਸਿੰਘ ਜੀ ਮਹਾਰਾਜ ਮਸਤੂਰ ਸਾਹਿਬ ਵਾਲਿਆਂ ਦੀ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ MA LLB AM ਹਾਰਵਰਡ ਯੂਨੀਵਰਸਿਟੀ USA ਸੰਤ ਬਾਬਾ ਇਕਬਾਲ ਸਿੰਘ ਜੀ ਫੜੂ ਸਾਹਿਬ ਵਾਲੇ ਜੋ ਕਿ ਕਲਗੀਧਰ ਟਰੱਸਟ ਫੜੂ ਸਾਹਿਬ ਦੇ ਰਾਹੀਂ ਬਹੁਤ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਵੱਡਾ ਯੋਗਦਾਨ ਪਾ ਰਹੇ ਹਨ ਉਹਨਾਂ ਵੱਲੋਂ 2 ਜਿਹੜੇ ਐਡੀਸ਼ਨ ਹਲਕਾ ਗੜਬੱਤੇ ਹਲਕਾ ਸਮਾਨ ਦੇ ਕਰਵਾਏ ਗਏ ਬਹੁਤ ਵੱਡਾ ਯੋਗਦਾਨ ਦਿੱਤਾ ਗਿਆ। ਉਹਦੇ ਲਈ ਸਾਡੇ ਦਰਮਿਆਨ ਮੌਜੂਦ ਰਹੇ ਭਾਈ ਗੁਰਮੇਲ ਸਿੰਘ ਜੀ ਸੋ ਅਸੀਂ ਟਰੱਸਟ ਦਾ ਬਹੁਤ ਧੰਨਵਾਦ ਕਰਦੇ ਹਾਂ। ਮੈਂ ਧੰਨਵਾਦੀ ਹਾਂ ਮੇਰੇ ਵੱਡੇ ਵੀਰ ਮਨਦੀਪ ਸਿੰਘ ਜੀ ਖੁਰਦ ਜੋ ਕਿ ਵਿਰਸਾ ਸਵਾਲ ਸਰਦਾਰੀ ਲਹਿਰ ਦੇ ਪ੍ਰਧਾਨ ਨੇ ਚੇਅਰਮੈਨ ਸਰਮੈਲ ਸਿੰਘ ਜੀ ਨਕੋੜੀ ਸਾਹਿਬ ਇਸ ਤੋਂ ਇਲਾਵਾ ਵਿਰਸਾ ਸਵਾਲ ਸਰਦਾਰੀ ਲਹਿਰ ਦੇ ਨਾਲ ਜੁੜੀਆਂ ਵੱਖ ਵੱਖ ਸ਼ਖਸੀਅਤਾਂ ਔਰ ਸਮਾਜ ਸੇਵਾ ਅੱਜ ਇਸ ਸਮੇਂ ਦੀ ਮੁੱਖ ਲੋੜ ਹੈ। ਹਰ ਇੱਕ ਬੰਦੇ ਨੂੰ ਆਪੋ ਆਪਣਾ ਯੋਗਦਾਨ ਕਿਸੇ ਵੀ ਢੰਗ ਦੇ ਨਾਲ ਹੋਵੇ ਪਾਉਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਮੇਰੇ ਬਹੁਤ ਹੀ ਅਜੀਤ ਸਾਡੇ ਲੋਂਗੋਵਾਲ ਤੋਂ ਅਜੀਤ ਦੇ ਪੱਤਰਕਾਰ ਜਸਬੀਰ ਸਿੰਘ ਜੀ ਲੋਂਗੋਵਾਲ ਜਿਹੜੇ ਕਿ ਬੰਗਲਾਦੇਸ਼ ਦੇ ਵਿੱਚ ਵੀ ਜਾ ਕੇ ਉੱਥੇ ਲੋੜਵੰਦ ਲੋਕਾਂ ਦੀ ਜਿਹੜੀ ਹੈਗੀ ਹੈ ਸੇਵਾ ਕਰਕੇ ਆਇਆ ਹੈ। ਸੋ ਮੇਰੀ ਬੇਨਤੀ ਹੈ ਸਾਰੇ ਹੀ ਸਾਰੀਆਂ ਹੀ ਸੰਗਤਾਂ ਨੂੰ ਕਿ ਆਓ ਆਪਾਂ ਵੀ ਵੱਧ ਤੋਂ ਵੱਧ
ਜਿੰਨਾ ਹੋ ਸਕੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾ ਕੇ ਪਾਈਏ। ਸੋ ਬਹੁਤ ਹੀ ਧੰਨਵਾਦ ਸਾਰੀਆਂ ਸੰਗਤਾਂ ਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਵੀਰ ਗੁਰਜੀਤ ਸਿੰਘ ਜੀ ਚਹਿਲ ਸਾਹਿਬ, ਪੱਤਰਕਾਰ ਅਜੀਤ, ਆਪਣੇ ਵਿਚਾਰ ਸਾਂਝੇ ਕੀਤੇ ਨੇ। ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਟਰੱਸਟ ਦੇ ਨਾਲ ਰਲ ਕੇ। ਸੋ ਕਲਗੀਧਰ ਟਰੱਸਟ ਬਹੁਤ ਸਾਹਿਬ ਦੇ ਸੇਵਾਦਾਰ ਬਾਪੂ ਨਵਦਾ ਦਰਸ਼ਨ ਸਿੰਘ ਵੀਰਕਲਾ ਤੋਂ ਉਹ ਪਹੁੰਚਿਆ, ਉਹਨਾਂ ਦਾ ਸਨਮਾਨ ਕੀਤਾ ਜਾਣਾ। ਮੈਂ ਬੇਨਤੀ ਕਰਾਂਗਾ ਬਾਪੂ ਗੁਰਬਿੰਦ ਸਿੰਘ ਜੀ ਦਬੜੀ ਪਾਉਣਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜੜ ਚ ਮਾਰ ਲਾ ਬਾਜ ਜੜ ਚ। ਸਾਡੇ ਦਰਮਿਆਨ ਡੀ ਐਸ ਪੀ ਸਾਹਿਬ ਸਰਦਾਰ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਬਰਾੜ ਸਾਹਿਬ ਪਹੁੰਚੇ ਹੈ। ਅਸੀਂ ਜੀ ਆਇਆਂ ਨੂੰ ਆਖਦੇ ਹਾਂ ਬਹੁਤ ਬਹੁਤ ਧੰਨਵਾਦ। 11 ਨਾ ਰੂਬੀਆ ਗੁਰਦੁਆਰਾ ਮਹਿਲ ਵਾਲ ਸੰਗਰੂਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਪੁਰਬ ਸਮਰਪਿਤ ਗੁਰੂ ਗੋਬਿੰਦ ਸਿੰਘ ਸਰਕਲ ਵੱਲੋਂ ਮੁਕਾਬਲੇ ਕਰਵਾਏ ਜਾ ਰਹੇ ਹਨ। ਸਕੂਲ ਵਿਦਿਆਰਥੀਆਂ ਦੇ ਸ਼ਬਦ ਗਾਇਨ ਪ੍ਰਤੀਯੋਗਤਾ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਚੌਥੀ ਕਲਾਸ ਤੋਂ ਲੈ ਕੇ ਪਲੱਸ ਟੂ ਤੱਕ ਦੇ ਵਿਦਿਆਰਥੀ, ਕੋਈ ਵੀ ਵਿਦਿਆਰਥੀ ਜਿਹੜਾ ਹੈ ਉਹ ਭਾਗ ਲੈ ਸਕਦਾ ਹੈ। ਸੋ ਜਿਹੜੇ ਵਿਦਿਆਰਥੀ ਇਹਨਾਂ ਮੁਕਾਬਲੇ ਭਾਗ ਲੈਣਾ ਚਾਹੁੰਦੇ ਹਨ ਉਹ ਇੱਕ ਨੰਬਰ ਨੋਟ ਕਰਦੇ ਹਨ, ਸੰਪਰਕ ਕਰਦੇ ਹਨ। ਇਸ ਤੋਂ ਬਾਅਦ 98884 9726 ਇਸ ਨੰਬਰ 'ਤੇ ਸੰਪਰਕ ਕਰ ਲੈਣ ਅਤੇ ਮੈਂ ਉਹਨਾਂ ਸਾਰਿਆਂ ਦਾ ਰੋਲ ਹੈ ਉਹਨਾਂ ਦੇ ਵਟਸਐਪ 'ਤੇ ਉਹ ਲੱਗ ਭੇਜ ਦਿੱਤਾ ਜਾਵੇਗਾ। ਸੋ ਸਾਰੇ ਹੀ ਜੇ ਦਸਤਾਰ ਸਜਾਉਣ ਪਹੁੰਚੋਗੇ ਨੂੰ ਵਧਾਈ ਅਤੇ ਬੇਨਤੀ ਹੈ ਕਿ ਤੁਸੀਂ ਹੁਕਮ ਹੁਮਾ ਕੇ 22 ਤਰੀਕ ਨੂੰ ਸਵੇਰੇ 10 ਵਜੇ ਬਾਅਦ ਧੂਰੀ ਗੇਟ ਸੰਗਰੂਰ ਵਿਖੇ ਇਹਨਾਂ ਮੁਕਾਬਲਿਆਂ 'ਚ ਭਾਗ ਲੈਣ ਲਈ ਆਪਣੇ ਦਰਸ਼ਨ ਦੇ ਰਹੇ ਹਾਂ ਜੀ। ਬਹੁਤ ਧੰਨਵਾਦੀ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੱਧਕੀ ਸਾਹਿਬ ਜੀ ਦਾ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਅਤੇ ਬਹੁਤ ਸਾਰੀਆਂ ਸੇਵਾਵਾਂ ਕਰਦੇ ਨੇ, ਬਹੁਤ ਧੰਨਵਾਦ ਕਰਦੇ ਹਾਂ। ਸਾਡੀ ਸਰਦਾਰੀਆ ਟਰੱਸਟ ਪੰਜਾਬ ਦੀ ਟੀਮ ਜਿਨ੍ਹਾਂ ਨੇ ਕਿ ਸਾਰੇ ਅਡੀਸ਼ਨਾਂ ਦੇ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੀ ਆਇਆਂ ਨੂੰ ਆਖਦੇ ਹਾਂ ਸਾਡੇ ਸਰਕਾਰ ਯੋਗ ਚੇਅਰਮੈਨ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਦਬੜੀ ਖਾਨਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਰੀ ਟੀਮ ਕੰਮ ਕਰਦੀ ਹੈ। ਸਰਕਾਰਯੋਗ ਪਿਤਾ ਜੀ ਬਾਪੂ ਗੁਰਮੇਲ ਸਿੰਘ ਜੀ ਦਬੜੀ ਖਾਨਾ ਸਾਡੇ ਦਰਮਿਆਨ ਪਹੁੰਚੇ ਹੈ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜਸਵੀਰ ਸਿੰਘ ਜੀ ਨੌਬੋਵਾਲ, ਜੋ ਕਿ ਪੰਜਾਬ ਪੱਧਰ ਦੀਆਂ ਜਿੰਨੀਆਂ ਸੇਵਾਵਾਂ ਟਰੱਸਟ ਵੱਲੋਂ ਹੁੰਦੀਆਂ ਨੇ ਉਹ ਮੋਹਰੀ ਹੋ ਕੇ ਭੂਮਿਕਾ ਨਿਭਾਉਂਦੇ ਹੈ। ਉਹਦੇ ਨਾਲ ਹੀ ਸਾਡਾ ਵੀਰ ਗੁਰਦੀਪ ਸਿੰਘ ਜੀ ਸੱਤੀ ਭਦੇਰ, ਜੋ ਕਿ ਬਰਨਾਲਾ ਜ਼ਿਲ੍ਹਾ ਦੇ ਪ੍ਰਧਾਨ ਹਨ ਸਰਦਾਰੀਆਂ ਟਰੱਸਟ ਪੰਜਾਬ ਦੇ, ਉਹ ਵੀ ਪਹੁੰਚੇ ਹੈ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਖਦੇ ਹਾਂ। ਨਾਲ ਹੀ ਵੀਰ ਜਗਜੀਤ ਸਿੰਘ ਜੀ ਬਸਤਵਾਲਾ ਸਾਹਿਬ ਤੋਂ ਸਰਦਾਰੀਆਂ ਟਰੱਸਟ ਦੇ ਸਾਡੇ ਮੈਂਬਰ ਨੇ, ਉਹ ਵੀ ਪਹੁੰਚੇ ਜੀ ਆਇਆਂ ਨੂੰ। ਪ੍ਰੀਤ ਸਿੰਘ ਸੋਢੀ ਜੋ ਕਿ ਸਿਰਿਆ ਘੋਸ਼ ਨੇ ਸਰਦਾਰੀਆਂ ਟਰੱਸਟ ਪੰਜਾਬ ਦੇ, ਧੰਨਵਾਦ। ਸਾਡਾ ਛੋਟਾ ਵੀਰ ਅਮਨ ਰਸਕਾ ਵੱਡੀਆਂ ਪੱਗਾਂ ਵਾਲੇ ਭਾਉ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਉਹ ਵੀ ਪਹੁੰਚੇ ਹੈ। ਬਹੁਤ ਬਹੁਤ ਧੰਨਵਾਦ ਵੀਰ ਵਰਿੰਦਰ ਸਿੰਘ ਜੀ ਮੋਨਿਕ, ਸਰਦਾਰੀਆਂ ਟਰੱਸਟ ਪੰਜਾਬ ਦੇ ਮੋਨਿਕ ਹਲਕੇ ਦੇ ਇੰਚਾਰਜ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡਾ ਵੀਰ ਜਸਪ੍ਰੀਤ ਸਿੰਘ ਜੀ ਦੁੱਗਾ ਇੰਚਾਰਜ ਵਿਦਿਆਰਥੀ ਵਿੰਗ, ਉਹ ਚੇਚੇ ਤੌਰ 'ਤੇ ਆਇਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਸਾਡੇ ਲੁਧਿਆਣਾ ਜ਼ਿਲ੍ਹਾ ਤੋਂ ਸਾਡੇ ਵੀਰ ਹਰਪ੍ਰੀਤ ਸਿੰਘ ਜੀ ਸਿੱਧਵਾਂ, ਜੋ ਕਿ ਲੁਧਿਆਣਾ ਦੇ ਪ੍ਰਧਾਨ ਨੇ ਸਰਦਾਰੀਆਂ ਟਰੱਸਟ ਪੰਜਾਬ ਦੇ, ਉਹ ਚੇਚੇ ਤੌਰ 'ਤੇ ਆਏ ਹੈ।
ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਨਾਲ ਵੀਰ ਮਨਦੀਪ ਸਿੰਘ ਜੀ ਗੱਤਕਾ ਕਲਗੀਧਰ ਗੱਤਕਾ ਅਖਾੜਾ ਔਰ ਉਹ ਸਰਦਾਰੀਆਂ ਟ੍ਰਸਟ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਸੇਵਾਵਾਂ ਨਿਭਾਉਂਦੇ ਹੈ, ਉਹਨਾਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ। ਸੋ ਸਾਡੇ ਛੋਟੇ ਵੀਰਾਂ ਨੇ ਜੋ ਦਸਤਾਰਾਂ ਸਜਾਉਂਦੀਆਂ ਨੇ, ਮੈਂ ਜਕਾਰੇ ਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਕਰਾਂਗੇ ਕਿ ਹਾਜ਼ਰੀ ਲਵਾਓ ਨੂੰ ਬਹੁਤ ਵੱਡੀ ਪ੍ਰੇਰਨਾ ਦਾ ਸਰੋਤ ਨੇ ਕਿ ਸਾਡੇ ਛੋਟੇ ਵੀਰ ਸਾਡੇ ਵੀਰ ਅਮਰਜੀਤ ਸਿੰਘ ਜੀ ਲੋਟਬੰਦੀ ਗੁਰਮਤ ਪ੍ਰਚਾਰ ਟਰੱਸਟ ਫਰਵਾਲੀ ਉਹ ਪਹੁੰਚੇ ਹੈ, ਵਿਸ਼ੇਸ਼ ਤੌਰ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ। ਜੀ ਆਇਆਂ ਨੂੰ ਆਖਦੇ ਹਾਂ, ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਉਹ ਸਟੇਜ ਤੇ ਆਉਣ ਸਾਰੇ ਵੀਰ ਜੀ ਆ ਜਾਓ ਜੀ। ਮੈਂ ਬੇਨਤੀ ਕਰਦਾ ਸਰਦਾਰ ਅਮਰਜੀਤ ਸਿੰਘ ਜੀ ਲੋਟਬੰਦੀ ਸਾਹਿਬ ਜੋ ਕਿ ਗੁਰਮਤ ਪ੍ਰਚਾਰ ਟਰੱਸਟ ਫਰਵਾਲੀ ਤੋਂ ਆਏ ਨੇ, ਇਹਨਾਂ ਦਾ ਵੀ ਸਾਡੀ ਨਵੀਂ ਪੀੜ੍ਹੀ ਨੂੰ ਗੁਰਮਤ ਦੇ ਨਾਲ ਜੋੜਨ ਦੇ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਬਦਲੇ ਸਤਿਕਾਰ ਕੀਤਾ ਜਾਣਾ। ਸੋ ਅਸੀਂ ਸਵਾਗਤ ਕਰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਵਿੰਦਰ ਸਿੰਘ ਜੀ ਫੁੱਲ ਜੋ ਕਿ ਪੰਜਾਬ ਦੀ ਆਵਾਜ਼ ਰੋਜ਼ਾਨਾ ਅਜੀਤ ਦੇ ਜ਼ਿਲ੍ਹਾ ਸੰਗਰੂਰ ਦੇ ਇੰਚਾਰਜ ਹੈ, ਜਿਨ੍ਹਾਂ ਦੇ ਥਾਪੜੇ ਦੇ ਨਾਲ ਇਹ ਜਿਹੜੇ ਕਾਰਜ ਹੈ ਸਾਡੇ ਅੱਗੇ ਜਮਾਣਿਆਂ ਦੇ ਵੱਲੋਂ ਕੀਤੇ ਜਾ ਰਹੇ ਆਏ ਨੇ, ਕਿਰਪਾ ਕਰਕੇ ਸਟੇਜ ਦੇ ਉੱਪਰ ਆਉਣ। ਸਾਡੀ ਬੇਨਤੀ ਹੈ ਜੀ ਕਿਰਪਾ ਕਰਕੇ ਸਟੇਜ ਦੇ ਉੱਪਰ। ਹੈਪੀ ਗੋਇਲ ਜੀ ਸਾਡੇ ਵੱਡੇ ਵੀਰ ਜੋ ਕਿ ਸੰਗਰੂਰ ਸ਼ਹਿਰ ਦੇ ਅੰਦਰ ਚੈਰੀਟੇਬਲ ਮੈਡੀਕਲ ਸੇਵਾਵਾਂ ਦੇ ਰਹੇ ਨੇ, ਲੈਬੋਰਟਰੀਆਂ ਚੱਲਦੀਆਂ ਇਹਨਾਂ ਦੀਆਂ, ਇਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਸਰਦਾਰ ਸਰਦਾਰ ਦਲਜੀਤ ਸਿੰਘ ਜੀ ਬੇਦੀ ਸਾਹਿਬ ਜੋ ਕਿ ਜਗਬਾਣੀ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਨੇ, ਉਹ ਵੀ ਆਏ ਹੈ।